ਖੌਫਨਾਕ ਅਤੇ ਭਿਆਨਕ ਹਾਦਸੇ ਦੇ ਵਿੱਚ ਦੋ ਨੌਜਵਾਨ ਮੁੰਡਿਆਂ ਦੀ ਜਾਨ ਗਈ ਹੈ। ਪਤਾ ਲੱਗਿਆ ਕਿ ਹੱਸਦੇ ਵਸਦੇ ਇਹ ਦੋ ਪਰਿਵਾਰ ਉਜੜ ਗਏ। ਮੌਕੇ 'ਤੇ ਮੌਜੂਦ ਲੋਕਾਂ ਦੇ ਵੱਲੋਂ ਦੱਸਿਆ ਗਿਆ ਕਿ ਅਸੀਂ ਦੇਖਿਆ ਕਿ ਕਿੰਜ ਇੱਕ ਪਾਸੇ ਤੋਂ ਆ ਰਹੀ ਕਾਰ ਅਤੇ ਦੂਜੇ ਪਾਸੇ ਤੋਂ ਆ ਰਿਹਾ ਐਕਟਿਵਾ ਅਤੇ ਮੁੰਡਾ ਜੋ ਕਿ ਰੋਂਗ ਸਾਈਡ 'ਤੇ ਸੀ, ਇਹ ਟੱਕਰ ਹੋਈ ਅਤੇ ਮੌਕੇ 'ਤੇ ਹੀ ਦੋਵਾਂ ਮੁੰਡਿਆਂ ਦੀ ਜਾਨ ਚਲੀ ਗਈ। ਪਤਾ ਲੱਗਿਆ ਕਿ ਦੋਹਾਂ ਦੇ ਵਿੱਚੋਂ ਇੱਕ ਮੁੰਡੇ ਨੂੰ ਆਪਣੇ ਪਿਓ ਦੀ ਥਾਂ 'ਤੇ ਨੌਕਰੀ ਮਿਲੀ ਸੀ। ਨੌਕਰੀ ਤੋਂ ਬਾਅਦ ਹੀ ਉਹ ਆਪਣੇ ਘਰ ਨੂੰ ਪਰਤ ਰਿਹਾ ਸੀ ਕਿ ਰਾਹ ਦੇ ਵਿੱਚ ਹੀ ਇਹ ਹਾਦਸਾ ਹੋ ਗਿਆ। ਇਸ ਦੇ ਵਿੱਚ ਉਸ ਮੁੰਡੇ ਦੀ ਜਾਨ ਵੀ ਚਲੀ ਗਈ। ਘਰ ਦੇ ਵਿੱਚੋਂ ਪਿਓ ਦੇ ਜਾਣ ਤੋਂ ਬਾਅਦ ਹੁਣ ਪੁੱਤ ਦੀ ਵੀ ਜਾਨ ਗਈ ਹੈ। ਇਸ ਮਗਰੋਂ ਪਰਿਵਾਰਕ ਮੈਂਬਰਾਂ ਦਾ ਹਾਲ ਦੇਖਿਆ ਨਹੀਂ ਜਾਂਦਾ। ਰਾਹਗੀਰਾਂ ਦੇ ਵੱਲੋਂ ਹੋਰ ਕੀ ਕੁਝ ਦੱਸਿਆ ਗਿਆ, ਆਓ ਜਾਣਦੇ ਹਾਂ। ਬੇਟਾ ਹੀ ਮੇਰਾ ਅਮਰਜੀਤ ਸਿੰਘ ਨਾਂ ਹੈ ਜੀ, ਵਿੱਕੀ ਆਖਦੇ ਹਾਂ, ਛੋਟਾ ਨਾਂ ਇਹਦਾ, ਵਿੱਕੀ ਲੈਂਦੇ ਸਾਰੇ ਜੀ। ਕੀ ਗੱਲਬਾਤ ਹੋਈ ਸਾਰੀ? ਪੰਪ ਬੰਦ ਕਰਕੇ ਆਉਣ ਡਿਆ ਜੀ, ਹਿਸਾਬ ਕਿਤਾਬ ਕਰਕੇ, ਜਿੱਥੇ ਕੁ ਹਰਮੀਤ ਦੀ ਕੋਠੀ ਆ, ਗੱਡੀ ਜਾਂਦੇ ਵੀ ਬਹੁਤ ਜ਼ਿਆਦਾ ਤੇਜ਼ ਸੀਗੀ, ਅਤੇ ਕੁਛ ਜਿਹੜਾ ਵਾ ਉਹ ਰੋਡ ਉੱਥੇ ਬਣਾਇਆ, ਜਿਹੜਾ ਸੀਵਰ ਜਿਹਾ ਪੁੱਟਿਆ ਸੀ, ਕੁਛ ਉੱਥੇ ਪੱਥਰ ਪੁੱਥਰ ਪਏ ਸੀਗੇ। ਹੁਣ ਕੋਈ ਤਾਂ ਸਾਨੂੰ ਦੱਸਦਾ ਵੀ ਉਹ ਪੱਥਰਾਂ ਦੀ ਵਜ੍ਹਾ ਨਾਲ ਗੱਡੀ ਕੰਟਰੋਲ ਨਹੀਂ ਹੋਈ, ਕੋਈ ਦੱਸਦਾ ਵੀ ਗੱਡੀ ਜ਼ਿਆਦਾ ਤੇਜ਼ ਸੀ, ਉਹਦੇ ਕੋਲ ਕੰਟਰੋਲ ਨਹੀਂ ਹੋਈ, ਸਿੱਧੀ ਇਹਦੇ 'ਚ ਆਣ ਵੱਜੀ ਹੈ, ਐਕਟਿਵਾ 'ਤੇ ਸੀਗਾ। ਇਹ ਕਹਿੰਦੇ ਵੀ ਬੁਲਟ 'ਤੇ ਡਿੱਗਾ ਵਾ, ਜਦੋਂ ਚੁੱਕ ਕੇ ਮਾਰਿਆ ਵਾ, ਦੁਬਾਰਾ ਉਹ ਗੱਡੀ ਕੰਧ 'ਚ ਵੱਜ ਗਈ ਜਾ ਕੇ, ਕੰਧ 'ਚ ਜਦੋਂ ਵੱਜੀ ਆ ਤਾਂ ਬੁਲਟ ਤਾਂ ਥੱਲੇ ਡਿੱਗਾ ਲੱਗ ਗਏ, ਗਮਲਾ ਆਉਂਦੇ ਪਿਆ ਸੀਗਾ, ਉੱਥੇ ਸਿਰ ਵੱਜਿਆ ਪਿਛਲਾ ਬੰਨਾ, ਉੱਥੇ ਸਿਰ ਖੁੱਲ੍ਹ ਗਿਆ ਵਾ। ਹਾਂਜੀ, ਗੱਡੀ ਵਾਲੇ ਦੀ ਵੀ ਮੌਤ ਹੋ ਗਈ ਜੀ। ਗੱਡੀ ਵਾਲੇ ਦਾ ਦੱਸਦੇ ਨੇ ਕਿ ਜਦੋਂ ਵੱਜਿਆ ਕੰਧ ਦੇ ਵਿੱਚ, ਉਹਦਾ ਸਿਰ ਹੀ ਜਿਹੜਾ ਉਹ ਸ਼ੀਸ਼ੇ 'ਚ ਫਸਿਆ ਜਾ ਕੇ ਜੀ। ਗੱਡੀ ਜ਼ਿਆਦਾ ਨਾ ਕੰਟਰੋਲ ਹੋਣ ਕਰਕੇ ਜੀ ਇਹ ਦੋਵੇਂ ਮੌਤਾਂ ਹੋਈਆਂ ਵਾ ਜੀ। ਕੀ ਕਰਦਾ ਸੀਗਾ ਵੀਰ? ਪੰਪ ਦੇ ਉੱਤੇ ਕੰਮ ਕਰਦਾ ਸੀ ਜੀ। ਮੇਰਾ ਨਾਮ ਤਰਲੋਚਨ ਸਿੰਘ ਆ। ਇਹ ਕੀ ਸੀਗਾ ਮੁੰਡਾ ਜਿਹੜਾ ਇੱਥੇ ਐਕਸੀਡੈਂਟ ਹੋ ਕੇ ਡੈਥ ਹੋ ਗਈ, ਕੌਣ ਸੀਗਾ? ਇਹ ਮੁਲਾਜ਼ਮ ਸੀ ਅਤੇ ਉਹਦੇ ਪਿਓ ਦੀ ਨੌਕਰੀ ਮਿਲੀ ਉਹਨਾਂ ਨੂੰ। ਅੱਗੇ ਐਕਸੀਡੈਂਟ ਹੋਇਆ ਸੀ ਨਾ ਉਹਦੇ ਪਿਓ ਦਾ, ਅਤੇ ਉਹਦੀ ਨੌਕਰੀ ਮਿਲੀ ਸੀ ਉਹਨੂੰ, ਕਿਤੇ ਡਿਊਟੀ ਤੋਂ ਆਉਂਦਿਆ ਕਿਤੇ ਰਾਤ ਹੀ ਕਿਤੇ, ਅਤੇ ਉਹ ਬ੍ਰੇਕ ਮਾਰਦਿਆਂ ਮਾਰਦਿਆਂ ਕਿਤੇ ਵੱਜੀ ਜ਼ੋਰ ਦੇ ਨਾਲ ਆਣ ਕੇ, ਉਹ ਆਪਣੇ ਬੜੀ ਮੌਕੇ 'ਤੇ ਖਤਮ ਹੋ ਗਿਆ। ਬਸ ਖੋਲੇ ਨੂੰ ਕਿਸੇ ਨੇ ਆ ਕੇ ਵੇਖਿਆ ਵੀ ਇਹਦੇ ਵਿੱਚ ਜਾਂ ਕੋਈ ਨੁਕਸਾਨ ਹੋਊਗਾ, ਜਾਨੀ ਨੁਕਸਾਨ ਹੋਊਗਾ। ਇਹ ਨਗਰ ਕੌਂਸਲ ਦੀ ਅਣਗਹਿਲੀ ਕੀ ਕਰਦੇ ਹੋ ਜੀ? ਬਹੁਤ ਜ਼ਰੂਰੀ ਭਾਈ, ਇਹਨੂੰ ਛੇਤੀ ਤੋਂ ਛੇਤੀ ਨਾ ਕੀਤਾ ਜਾਵੇ, ਇਹਨੂੰ ਸਹੀ ਕੀਤਾ ਜਾਵੇ। ਇਹਨਾਂ ਦੀ ਨਿੱਕੀ ਜਿਹੀ ਅਣਗਹਿਲੀ ਕਰਕੇ ਦੋ ਘਰ ਉਜੜ ਗਏ ਆ। ਕੀ ਨਾਂ ਜੀ ਤੁਹਾਡਾ? ਮੇਰਾ ਨਾਂ ਜੀ ਰਮਨਵੀਰ ਸਿੰਘ ਆ। ਇਹ ਕਿਹੜਾ ਰੋਡ ਆ ਤੇ ਕੀ ਕੰਮ ਹੋਇਆ ਇੱਥੇ? ਇਹ ਜੀ ਅੰਮ੍ਰਿਤਸਰ ਰੋਡ ਆ, ਇੱਥੇ ਝਬਾਲ ਬਾਈਪਾਸ ਆ, ਅਤੇ ਇਹਦੇ ਉਹਦੇ ਸੀਵਰੇਜ ਖੁੱਲ੍ਹਾ ਵਾ। ਸੀਵਰੇਜ ਨੂੰ ਮਹੀਨੇ ਬਾਅਦ ਹੀ ਉਹ ਖੋਲ੍ਹ ਛੱਡਦੇ, ਸੀਵਰੇਜ ਨੂੰ 15-20 ਦਿਨ ਹੋ ਗਏ ਖੁੱਲ੍ਹੇ ਨੂੰ, ਉੱਥੇ ਬਜਰੀ ਖਿਲਰੀ ਪੁੱਟਿਆ, ਕੋਈ ਉਹਦੀ ਰਿਪੇਅਰ ਨਹੀਂ ਹੋਣ ਡਈ, ਅਤੇ ਉਹਦੇ ਵਿੱਚ ਵੱਜਣ ਕਰਕੇ ਗੱਡੀ ਡੋਲੀ ਆ। ਅਤੇ ਮੁੰਡਾ ਆਪਣੀ ਆ ਰਿਹਾ ਸੀਗਾ ਡਿਊਟੀ ਤੋਂ, ਪੁਲਿਸ ਦੇ ਵਿੱਚ ਆ, ਅਤੇ ਡਿਊਟੀ ਤੋਂ ਇਹ ਆ ਰਿਹਾ ਸੀਗਾ, ਅਤੇ ਗੱਡੀ ਡੋਲਣ ਕਰਕੇ ਇਹ ਸਿੱਧੀ ਇੱਥੇ ਆਣ ਕੇ ਵੱਜੀ ਆ। ਅਤੇ ਉੱਧਰੋਂ ਸਕੂਟਰੀ ਆ ਰਹੀ ਸੀ ਮੁੰਡੇ ਦੀ, ਰੋਂਗ ਸਾਈਡ ਆ ਰਿਹਾ ਸੀਗਾ, ਸਕੂਟਰੀ ਆ ਰਹੀ ਸੀ, ਉਹਦੇ ਵਿੱਚ ਵੀ ਗੱਡੀ ਵੱਜੀ ਹੈ ਨਾਲ ਹੀ। ਇਹਦੇ ਆਹ ਜਿਹੜੇ ਕਿਹਨਾਂ ਨੇ ਬਣਾਏ ਗਮਲੇ, ਇਹਦੇ ਵਿੱਚ ਸਿੱਧੀ ਆਣ ਕੇ ਗੱਡੀ ਵੱਜ ਗਈ ਆ, ਅਤੇ ਨੌਜਵਾਨ ਮੁੰਡੇ ਸੀ ਦੋਵੇਂ, ਦੋਵਾਂ ਦੀ ਮੌਕੇ 'ਤੇ ਡੈਥ ਹੋ ਗਈ ਆ। ਸਰਕਾਰ ਨੂੰ ਇਹੋ ਹੀ ਅਪੀਲ ਕਰਦੇ ਆ ਕਿ ਜਿੰਨੇ ਵੀ ਰੋਡ ਦੇ ਉੱਤੇ ਬਣੇ ਆ, ਸੀਵਰੇਜ ਬਣੇ ਆ, ਇਹਨਾਂ ਦੀ ਰਿਪੇਅਰ ਕੀਤੀ ਜਾਵੇ, ਢੱਕਣ ਉੱਚੇ ਕਰਕੇ ਲਾਏ ਜਾਣ। ਉੱਚੀਆਂ ਕਰਨ ਦੇ ਨੀਵੇਂ ਕਰਕੇ ਹੀ ਉਹ ਸਾਰਾ ਕੁਝ ਐਕਸੀਡੈਂਟ ਹੋਇਆ, ਉੱਥੇ ਬਜਰੀ ਖਿਲਰੀ ਪਈ ਹੈ, ਕੋਈ ਰਿਪੇਅਰ ਨਹੀਂ ਹੋਣ ਡਈ ਉਹਦੀ। ਅਣਗਹਿਲੀ ਹੈ ਬਹੁਤ ਜ਼ਿਆਦਾ ਜੀ ਇੱਥੋਂ ਪ੍ਰਸ਼ਾਸਨ ਦੀ ਵੀ, 10-12 ਦਿਨ ਗਏ ਨੂੰ। ਕੀ ਗੱਲਬਾਤ ਹੋਈ ਅੰਮ੍ਰਿਤਸਰ ਬਾਈਪਾਸ ਚੌਂਕ ਤੇ? ਅੰਮ੍ਰਿਤਸਰ ਬਾਈਪਾਸ 'ਤੇ ਜਿਹੜੀ ਆ ਜੀ ਰਾਤੀ ਇੱਕ ਐਕਸੀਡੈਂਟ ਹੋਇਆ ਬਹੁਤ ਭਿਆਨਕ, ਜਿਹੜੀ ਸੜਕ ਕੱਲ੍ਹ
12 ਵਜੇ ਤੱਕ ਸਹੀ ਸਲਾਮਤ ਸੀ। ਕਮੇਟੀ ਘਰ ਤੋਂ ਮੁਲਾਜ਼ਮ ਆਏ, 2 ਵਜੇ ਉਹਨਾਂ ਨੇ ਉਹਨੂੰ ਪੁੱਟਣਾ ਸ਼ੁਰੂ ਕੀਤਾ। ਉਹਨੂੰ ਪੁੱਟ ਕੇ ਜੋ ਕੁਝ ਕੀਤਾ, ਮਲਬਾ ਜਿਹੜਾ ਸੀ ਉਹ ਉੱਥੇ ਦਾ ਉੱਥੇ ਹੀ ਰਹਿਣ ਦਿੱਤਾ, ਉਹਨੂੰ ਸਫਾਈ ਨਹੀਂ ਕੀਤੀ ਮਲਬੇ ਨੂੰ। ਉਹ ਮੁਲਾਜ਼ਮ ਆਪਣੀ ਡਿਊਟੀ ਤੋਂ ਆ ਰਿਹਾ ਸੀ ਰਾਤ 10:30 ਵਜੇ, ਕਿਉਂਕਿ ਜਿਹੜਾ ਸਵੇਰੇ ਘਰ ਨੂੰ ਘਰੋਂ ਗਿਆ ਉਸੇ ਸੜਕ ਤੋਂ ਅਤੇ ਸੜਕ ਸਾਫ਼ ਆ, ਅਤੇ ਵਾਪਸ ਆ ਰਿਹਾ ਉਹਨੂੰ ਪਤਾ ਵੀ ਇੱਥੇ ਸ਼ਾਮੀ ਰਾਤ ਤੱਕ ਕੀ ਹੋ ਜਾਣਾ। ਕਮੇਟੀ ਘਰ ਦੀ ਅਣਗਹਿਲੀ, ਉੱਥੇ ਕੋਈ ਡਿਵਾਈ ਉਹਨਾਂ ਨੇ ਕੋਈ ਕਵਰ ਨਹੀਂ ਕੀਤਾ ਵੀ ਜਿੱਥੋਂ ਦੂਰੋਂ ਕਿਸੇ ਨੂੰ ਪਤਾ ਲੱਗੇ ਰਾਤ, ਉਸ ਟਾਈਮ 'ਤੇ ਜਿਹੜਾ ਇੱਥੇ ਹਨੇਰਾ ਹੋਣ ਕਰਕੇ ਜਿਹੜਾ ਉਹ ਗੱਡੀ ਆਊਟ ਆਫ ਕੰਟਰੋਲ ਹੋ ਗਈ ਜਦੋਂ ਉਹਦੇ ਵਿੱਚ ਆ ਕੇ ਵੱਜੀ ਆ, ਉਹਨੇ ਉਹਦੇ ਕੋਲ ਮੁੰਡੇ ਕੋਲ ਕੰਟਰੋਲ ਤੋਂ ਬਾਹਰ ਹੋ ਗਈ ਗੱਡੀ, ਉਹਦੇ ਤੋਂ ਕੰਟਰੋਲ ਤੋਂ ਬਾਹਰ ਹੁੰਦੀ ਆ ਕੇ ਜਿਹੜਾ ਡਿਵਾਈਡਰ ਬਣਿਆ ਇੱਕ ਗਮਲਾ ਬਣਿਆ ਉਹਦੇ ਵਿੱਚ ਗੱਡੀ ਆ ਕੇ ਵੱਜੀ ਆ। ਇੱਕ ਗੱਡੀ ਉਹ ਨਾਲ ਉਹਨੂੰ ਐਕਟ ਵਾਲਾ ਜਾ ਰਿਹਾ ਸੀ, ਉਹ ਵੀ ਸਾਡੇ ਪੁਲਿਸ ਕਲੋਨੀ ਦਾ ਹੀ ਮੁਲਾਜ਼ਮ ਆ, ਦੋਨੋਂ ਹੀ ਮੁਲਾਜ਼ਮ ਪੁਲਿਸ ਕਲੋਨੀ ਦੇ ਆ। ਇੱਕ ਦੇ ਪਿਓ ਦੀ ਪਹਿਲੋਂ ਡੈਥ ਹੋਈ ਸੀ, ਉਹਨੂੰ ਉਹਦੀ ਨੌਕਰੀ ਮਿਲੀ ਜੁਗਰਾਜ ਸਿੰਘ ਨੂੰ। ਦੂਜਾ ਮੁੰਡਾ ਹੋਮਗਾਰਡ ਦਾ ਆ, ਉਹਦੇ ਬੇਟੇ ਦੀ ਡੈਥ ਹੋਈ, ਉਹ ਪੈਟਰੋਲ ਪੰਪ 'ਤੇ ਲੱਗਾ ਸੀ ਇੱਥੇ ਆਪਣੇ ਮਹਿੰਦਰਾ। ਹਾਂਜੀ, ਦੋਨੋਂ ਜਾਣੇ ਨੇ। ਇਹ ਜਿਹੜੀ ਨਲਾਇਕੀ ਆ ਜੀ, ਇਹ ਸਰਕਾਰ ਦੀ ਨਲਾਇਕੀ ਆ, ਨਗਰ ਕੌਂਸਲ ਦੀ ਨਲਾਇਕੀ ਆ, ਕਿਉਂਕਿ ਨਗਰ ਕੌਂਸਲ ਦੀ ਨਲਾਇਕੀ ਕਰਕੇ ਹੀ ਜਿਹੜਾ ਉਹ 12 ਵਜੇ ਤੁਸੀਂ ਟੋਇਆ ਪੁੱਟਣ ਦੇ, ਉਹਨੂੰ ਜੇ ਤੁਸੀਂ ਪੁੱਟਿਆ ਨੂੰ ਕਲੀਅਰ ਕਰਕੇ ਸ਼ਾਮ ਨੂੰ ਉਹਨੂੰ ਸਾਫ਼ ਕਰੋ। ਹੁੰਦਾ ਇਸ ਤਰ੍ਹਾਂ ਹੈ, ਜਿੱਥੇ ਵੀ ਤੁਸੀਂ ਇੱਕ ਜਿਹੜੇ ਸਾਡੇ ਮੌਜੂਦਾ ਐਮ ਐਲ ਏ ਨੇ ਉਹਨਾਂ ਦੇ ਘਰ ਦੇ ਬਾਹਰ ਵੀ 3 ਦਿਨ ਉਸੇ ਤਰ੍ਹਾਂ ਹੀ ਟੋਇਆ ਅਤੇ ਮਲਬਾ ਜਿਹੜਾ ਪਿਆ ਰਿਹਾ। ਉਹ ਅੱਜ ਹੁਣ ਸਾਫ਼ ਹੋਇਆ ਕਿਉਂਕਿ ਰਾਤ ਜਿਹੜਾ ਐਕਸੀਡੈਂਟ ਹੋਇਆ ਨਾ ਉਹਦੇ ਵਜ੍ਹਾ ਕਰਕੇ ਉਹਨਾਂ ਨੇ ਮੁੜ ਕੇ ਉਹਨੂੰ ਕਲੀਅਰ ਕੀਤਾ। ਸਾਡਾ ਸਿਪਾਹੀ ਸੀ ਸਾਡੇ ਥੰਡ ਹੈਗਾ ਜੁਗਰਾਜ ਸਿੰਘ, ਰਾਤੀ ਕੱਲ੍ਹ ਸ਼ਾਮੀ 6 ਵਜੇ ਨਾਕਾ ਡਿਊਟੀ, 6 ਤੋਂ 10 ਵਜੇ ਤੱਕ। ਅਤੇ ਉਹ ਕਰੀਬ 9:30 ਵਜੇ ਘਰੋਂ ਫੋਨ ਆਇਆ ਵੀ ਜੋ ਵਾਪਸ ਆਏਗਾ ਵੀ ਸਬਜ਼ੀ ਵਗੈਰਾ ਲੈ ਆਈ। ਉਹ ਦਰਾਂਡੇ ਨਾਕੇ ਤੋਂ 10 ਮਿੰਟ ਪਹਿਲਾਂ ਅਤੇ ਰੋਹਿਤ ਪੁਲਿਸ ਸਬਜ਼ੀ ਲੈਣ ਵਾਸਤੇ ਆਇਆ ਸੀ, ਅਤੇ ਜਦੋਂ ਵਾਪਸ ਜਾਣ ਦਿਆ ਸੀ ਅਤੇ ਮਹਿੰਦਰਾ ਕਲੋਨੀ ਰੈਵੀਨਿਊ ਆ, ਉਹਦੇ ਬਾਅਦ ਸੀਵਰੇਜ ਦਾ ਕੰਮ ਚੱਲਦਾ ਸੀ ਅਤੇ ਉਹਦਾ ਹੋਲ ਕੋਈ ਖੁੱਲ੍ਹਾ ਸੀ ਅਤੇ ਉਹਦੀ ਗੱਡੀ ਉਹਦੇ ਹੋਲ 'ਚ ਵੱਜੀ। ਹੋਲ 'ਚ ਵੱਜਣ ਦੇ ਨਾਲ ਅੱਗੇ ਇੱਕ ਹੋਰ ਜਾਣਦਾ ਸੀ ਵਿਅਕਤੀ ਅਮਰਜੀਤ ਸਿੰਘ, ਉਹ ਵੀ ਸਾਡੇ ਪੰਜਾਬ ਹੋਮਗਾਰਡ ਦਾ ਮਤਲਬ ਅੰਗਰੇਜ਼ ਸਿੰਘ ਉਹਦਾ ਬੇਟਾ, ਅਤੇ ਉਹਦੀ ਐਕਟਿਵਾ ਜਾ ਕੇ ਵੱਜ ਗਈ ਅਤੇ ਉਹਦੇ ਵੱਜਣ ਕਰਕੇ ਅਤੇ ਦੋਵਾਂ ਦੀ ਮੌਕੇ 'ਤੇ ਮੌਤ ਹੋ ਗਈ। ਮਾਮਲਾ ਹੁਣ ਛੱਤਰੀਕਾਰੀ ਕਰ ਰਹੇ ਜੀ, ਦੋਵਾਂ ਦੇ ਵਾਪਸ ਆਏ ਆ, ਬਿਆਨ ਦਰਜ ਕਰਾਏ ਉਹਨਾਂ ਦੀ। ਅਣਗਹਿਲੀ ਮਤਲਬ ਕਿਹਦੀ ਮੰਨੀ ਜਾ ਰਹੀ ਹੈ ਜਿਹੜਾ ਰੋਡ ਦੇ ਵਿੱਚ? ਅਣਗਹਿਲੀ ਨਹੀਂ, ਉਹ ਹਨੇਰਾ ਹੋਣ ਕਰਕੇ ਨਹੀਂ ਪਤਾ ਲੱਗਾ। ਠੀਕ ਹੈ, ਹਾਂਜੀ, ਹਾਂ ਖੋਲ ਖੁੱਲ੍ਹਾ ਸੀ, ਉਹਨਾਂ ਨੂੰ ਚਾਹੀਦਾ ਵੀ ਰਿਕਵਰ ਕਰਦੇ ਜਾਂ ਕੋਈ ਸਾਈਨ ਲਗਾਉਂਦੇ ਉਹਦੇ ਬਚ ਕੇ ਲੰਘੇ ਜਾਏ। ਹਾਂਜੀ ਹਾਂਜੀ ਹਾਂਜੀ, ਹੁਣ ਮੌਕਾ ਹੁਣ ਇਸ ਵਕਤ ਅਸੀਂ ਕਰਵੀ ਝੱਤੀ ਕਰ ਰਹੇ ਹਾਂ ਜੀ, ਬਾਕੀ ਤੁਸੀਂ ਕਰਾਂ ਜੇ ਉਹਨਾਂ ਨੂੰ ਗੱਲੀ ਪੈ ਗਈ। ਜਿਹੜਾ ਮਤਲਬ ਰੋਡ ਵਾਲਿਆਂ ਦਾ ਕਸੂਰ ਹੈਗਾ ਵਾ, ਜਿਹੜਾ ਇਹਦਾ ਮੇਨ ਠੇਕੇਦਾਰ ਸੀਗਾ ਜਾਂ ਜਿਹਨਾਂ ਦੇ ਅੰਡਰ 'ਚ ਹਾਈਵੇ ਆ ਰੋਡ ਹੈਗਾ, ਹਾਂਜੀ, ਉਹ ਸੀਵਰੇਜ ਦਾ ਜਿਹਨਾਂ ਨੇ ਹੋਲ ਖੋਲਿਆ ਸੀ, ਹਾਂਜੀ, ਇਹਨਾਂ ਲੋਕਾਂ ਦੇ ਖਿਲਾਫ਼ ਕਾਰਵਾਈ ਜਾਂ ਨਗਰ ਉਹ ਦੇਖ ਕੇ ਭੇਜ ਉਹ ਦੇਖ ਕੇ ਭੇਜਾਂਗੇ ਉਹਨਾਂ ਬਾਰੇ ਲਿਖ ਕੇ ਭੇਜਾਂਗੇ ਮੈਂ ਕਿਹਾ ਜੀ। ਫਿਲਹਾਲ ਅਸੀਂ ਇਹੋ ਕਾਰਵਾਈ ਕਰ ਰਹੇ ਹਾਂ, ਕਿਉਂਕਿ ਦੋਵਾਂ ਦਾ ਪੋਸਟਮਾਰਟਮ ਕਰਵਾਉਣਾ ਜ਼ਰੂਰੀ ਆ, ਅਤੇ ਕਾਰਵਾਈ ਕਰਕੇ ਅਸੀਂ ਬਾਕੀ ਜੋ ਤੁਸੀਂ ਕਰਾਂਗੇ, ਜੇ ਕੋਈ ਉਹਨਾਂ ਕਸੂਰ ਪਾਇਆ ਗਿਆ ਤਾਂ ਉਹਨਾਂ ਦੇ ਖਿਲਾਫ਼ ਵੀ ਬਣਦੀ ਕਾਰਵਾਈ ਕਰਾਂਗੇ। ਠੀਕ ਹੈ ਜੀ।